बड़ा डर लगता है। ਟ੍ਰੈਫਿਕ ਤੁਸੀਂ ਪੁੱਛੋ ਨਾ ਕਿੰਨਾ ਟ੍ਰੈਫਿਕ ਸੀ ਹਾਰਸ ਮੇਰੇ ਐਵੇਂ ਕੀੜੀਆਂ ਲੜਦੇ ਪਈਆਂ ਹੱਥਾਂ 'ਚ ਦੇਖੀ ਲੈ ਤੇ ਦੇਖੋ ਕਿੰਨਾ ਸੋਹਣਾ ਮੁੰਡਾ ਹੁੰਦਾ ਸੀ ਮੇਰੇ ਨਾਲ ਆ ਕੇ ਕੀ ਹਾਲ ਬਣਾ ਲਿਆ ਦੇਖੋ ਬਾਕੀ ਬਾਈਕ ਦਾ ਹਾਲ ਦੇਖ ਲਓ ਸਾਫ ਆ ਆ ਦੇਖੋ ਆ ਇਹਨਾਂ ਦਾ ਹਾਲ ਦੇਖੋ ਲੋ ਉਹੀ ਕੰਮ ਹੋਇਆ ਜਿਹੜਾ ਚਾਹੁੰਦੇ ਸੀਗੇ ਕਲੋਜ਼ ਹੋ ਗਿਆ ਹਾਂਜੀ मनाली नहीं पहुंचे अजे अजे मनाली नहीं पहुंचे थक हार के बुरा हाल हो गया वा बैक दी बैंड बजी पई कपड़े तुझे देख सकते हो चाय वास्ते चाय चाय ऐसा लग रहा जिवें मोटरसाइकिल ते नहीं आ रहे लेट के आ रहे मुद्दे बाय सड़क गरम मसाला चाय स्पेशली चाह चाह कर सोना होर हो गया मतलब पा जी के इथों दी कॉफी भी देखा जी हुई तो पी लाँगे मनाली हजे भी इतों घट्टो घट नहीं तो 90-95 किलोमीटर है टाइम हो गया जे अब तुहाडा पलक करे 4:30 असी सवेर दे निकले हाँ 6 बजे निकले 4:30 हो गए अब तक मनाली नहीं आया इन्ना रस्ते च रुकते हैं एडवेंचर हो रहा है कैसा है पता नहीं कैसे कैसे बंदे आए नाल एडवेंचर हो रहा है देखो हंस के बखा दें देखो मौसम भी बड़ा औसम होया पे है अल्टीमेट अल्टीमेट आज थे पी लगे सी चाह ओ देखो क्या ही बात है ये सड़क अजे बन रही थोड़ी बहुत बाकी वो देखो आ ही गया बाइकों का कभी सफ़र करके देखो बाकी चाह पी गए हम फिर वधांगे अगे नू लगे पकौड़े छड़न पकौड़े फुल प्लेट मंगाई ही उन्होंने हाफ प्लेट देती नाल कॉफी ਨਾਲ ਫ੍ਰੈਂਚ ਫ੍ਰਾਈਜ਼ ਮੰਗਾਉਣੇ ਆ ਜੀ ਤੁਹਾਡਾ ਕੱਪ ਕਿਉਂ ਵੱਡਾ ਆਇਆ ਵਾ ਸਾਡੇ ਤਾਂ ਛੋਟੇ ਛੋਟੇ ਆਏ ਆ ਕਾਫੀ ਹਮੇਸ਼ਾ ਰਾਜਾ ਹੁੰਦੀ ਨਾ ਮੋੜੇ ਖਾ ਲੈ ਮੈਂ ਤੇ ਕਹਿੰਦੇ ਆਣਾ ਪੈਸ ਪਾੜਾ ਤੇ ਜਾਓ ਮੈਗੀ ਜ਼ਰੂਰ ਖਾਓ ਅਸੀਂ ਪਾੜਾ ਦਾ ਸਾਰਾ ਕੁਝ ਖਾਣਾ ਮੈਗੀ ਖਾਣੀ ਹੈ ਸਾਨੂੰ हाँ जी याद करो मैगी चलो पकौड़े खाओ नजारे लो हाँ जी आप पहुंच गए मनाली के पहाड़ों च ਇੱਥੋਂ ਦਾ ਵਿਊ ਮੈਂ ਤੁਹਾਨੂੰ ਕੀ ਦੱਸਾਂ ਮੈਂ ਤੇ ਫੈਨ ਹੋ ਗਿਆ ਇੱਥੇ ਤਾਂ ਵੱਖਰੀ ਦੁਨੀਆ ਵਾ ਵੱਖਰੀ ਦੁਨੀਆ ਵਸਦੀ ਪਈ ਮਤਲਬ ਇੰਨਾ ਵਧੀਆ ਵਿਊ ਆ ਨਾ ਕਿਤੇ ਇੱਥੇ ਤਾਂ ਟਨਲਾਂ ਬਣਾਈ ਜਾ ਰਹੇ ਆ ਅੰਦਰੋਂ ਅੰਦਰ ਮਤਲਬ ਦਿਮਾਗ ਦੇਖ ਲਓ ਇੰਜੀਨੀਅਰਿੰਗ ਦੇਖ ਲਓ ਇਹਨਾਂ ਦੀ ਰੱਬ ਕੁਦਰਤੀ ਇੰਜੀਨੀਅਰ ਦੇਖੋ ਬਲਿਹਾਰੀ ਕੁਦਰਤ ਵਸਿਆ ਸੱਚੀ ਕਹਿੰਦੇ ਆ ਬਲਿਹਾਰੀ ਕੁਦਰਤ ਵਸਿਆ
ਮਤਲਬ ਵਿਊ ਦੇਖੋ ਤੁਸੀਂ ਪਹਾੜ ਇੱਦਾਂ ਦੇ ਵੀ ਆ ਜਿੱਥੇ ਕੋਈ ਰਸਤਾ ਨਹੀਂ ਹੈਗਾ ਇਹਨਾਂ ਪਹਾੜਾਂ ਵੱਲ ਕੋਈ ਰਸਤਾ ਨਹੀਂ ਬਣਾਇਆ ਤੇ ਕਿੱਦਾਂ ਰਸਤੇ ਬਣੇ ਹੋਏ ਆ ਮਤਲਬ ਦੇਖੋ ਬਾਕੀ ਬਾਈਕ ਦਾ ਹਾਲ ਦੇਖ ਲਓ ਆਹ ਦੇਖੋ ਆਹ ਇਹਨਾਂ ਦਾ ਹਾਲ ਦੇਖੋ ਉਧਰ ਬੱਦਲ ਦੇਖੋ ਆਹ ਕਾਹਦੀ ਖੁਸ਼ੀ ਆ ਬੜਾ ਖਰਾਬ ਆ ਪੁੱਲ ਦੇਖੋ ਇਹ ਲੰਡਨ ਤਿੰਨ ਜਾ ਸਕਦੇ ਹੋ ਉਹਨੇ ਭੇਜ ਤਾਂ ਦਿੱਤਾ ਮਤਲਬ ਕਟਿੰਗ ਇਹਨਾਂ ਨੇ ਆਪ ਕੀਤੀ ਆ ਨਾ ਮਤਲਬ ਕਰ ਕਰਕੇ ਨਾਲ ਕੰਮ ਪੱਕਾ ਕਰ ਦਿੰਦੇ ਆ ਪੋਲਿਊਸ਼ਨ ਤਾਂ ਚਲੋ ਮਿੱਟੀ ਉੱਡਦੀ ਹੈ ਜਿਹੜੀ ਉੱਡਦੀ ਹੈ ਪੋਲਿਊਸ਼ਨ ਕੋਈ ਵੱਖਰਾ ਨਹੀਂ ਹੈਗਾ
ਆ ਬੰਦ ਦਾ ਰਸਤਾ ਅੱਗੇ ਅੱਛਾ ਮਨਾਲੀ ਹੇਰਾਣ ਵਾਲਾ ਚਲੋ ਨੇਰਾ ਹੁਣ ਤਾਂ ਪਹਿਲਾਂ ਪਹੁੰਚ ਜਾਵਾਂਗੇ ਤਾਂ ਵਧੀਆ ਗੱਲ ਆ ਤੇ ਇੱਥੇ ਆਪਾਂ ਜੇ ਸਟਾਪ ਕਰਦੇ ਆ ਅੱਗੇ ਜਾ ਕੇ ਤੁਹਾਨੂੰ ਮਿਲਦੇ ਆ ਹਾਂਜੀ ਪਹੁੰਚ ਗਏ ਫਾਈਨਲੀ ਅਸੀਂ ਮਨਾਲੀ ਠੰਡ ਬਹੁਤ ਜ਼ਿਆਦਾ ਆ ਵੀ ਆਰ ਇਨ ਆਵਰ ਹੋਟਲ ਰੂਮ ਤੇ ਅਸੀਂ ਪਹੁੰਚ ਗਏ 8:30 ਇੱਥੇ ਤੇ ਬਹੁਤ ਜ਼ਿਆਦਾ ਟ੍ਰੈਫਿਕ ਹੋਣ ਕਰਕੇ ਅਸੀਂ 9:30 ਆਪਣੇ ਹੋਟਲ ਤੇ ਪਹੁੰਚੇ ਆ ਰੂਮ ਅਸੀਂ ਬੁੱਕ ਕਰਵਾ ਲਏ ਸੀ ਵੈਸੇ ਤੇ ਹੁਣ ਭੁੱਖ ਬਹੁਤ ਲੱਗੀ ਆ ਭੁੱਖ ਆਹ ਛੱਕਦੇ ਛਕਾਨੇ ਆ ਤੇ ਫਿਰ ਜਾਂਦੇ ਆ ਫਿਰ ਵੀ ਚੱਲਦੇ ਆ ਵਲੌਗ जादू बन गया है जादू एक जादू एक रेफरी बाकी व्यू दिखाने तुहानू वैसे ज़्यादा कुछ खास तो है नहीं गा क्योंकि असी मेन सिटी के अंदर लेता वा रूम तो सारे पास होटल ही होटल वैसे ओवरऑल सारे पास होटल ही होटल आ इसलिए होटल ही दिखने इतों तो हाँ वैसे साडा रूम आ ये देखिए ये इन्हां दा वा साडे भाइयां दा बंदा कोई जरूरी काम कहते करता हूं बंदा करता हूं तुम बंदे हो ठीक है भाजी सत श्रीकाल भाजी यार चंगा फिर ओके रोटी मंगाओ रोटी ठीक है भाजी हाँ साडा रूम ओहदे सामने बिलकुल ये है बेड बाथरूम एंड सिसा चे सीलिंग देख लो मेरी हालत तुसी देख सकते हैं इथे चढ़ गई दस्तार मेरी आंदे आंदे हाथ बड़े ट्रैफिक ट्रैफिक तुसी पूछो ना कितना ट्रैफिक सी हाथ मेरे ऐन मेरे कीड़ियां लड़ दियां था इस टाइम ਇੰਨੀ ਜ਼ਿਆਦਾ ਠੰਡ ਹੈ ਇੱਥੇ ਉੱਥੇ ਦੇ ਹਿਸਾਬ ਨਾਲ ਮਤਲਬ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਦਸੰਬਰ ਦੀ ਠੰਡ ਹੁੰਦੀ ਹੈ ਨਾ ਉਦੋਂ ਜਿਹੀ ਠੰਡ ਇੱਥੇ ਹੈ ਇਸ ਟਾਈਮ ਬਹੁਤ ਠੰਡ ਹੈ ਤੇ ਹੁਣ ਅਸੀਂ ਕਰਦੇ ਆ ਫਰੈਸ਼ ਹੁੰਨੇ ਆ ਖਾਣਾ ਪਾਣੀ ਮੰਗਾਉਨੇ ਆ ਖਾਣੇ ਆ ਫਿਰ ਸਵੇਰੇ ਮਿਲਦੇ ਹਾਂ ਹੁਣ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਅੱਜ ਹੋ ਗਈ ਮਨਾਲੀ ਦੀ ਸਵੇਰ ਤੇ ਅਸੀਂ ਹੋ ਗਏ ਆ ਰੈਡੀ ਰਾਤੀ ਨੀਂਦ ਬਹੁਤ ਜ਼ਬਰਦਸਤ ਆਈ ਸੀਗੀ ਤੇ ਗੋਲਡੀ ਮੈਡਮ ਜੀ ਤਿਆਰ ਹੋ ਰਹੇ ਨੇ ਬਸ ਮੈਂ ਹੋ ਗਈ ਹਾਂ ਰੈਡੀ ਤੇ ਚਾਹ ਅਸੀਂ ਮੰਗਾ ਲਈਏ ਸਵੇਰ ਦੇ ਵੱਜ ਗਏ 8 ਤੇ 8 ਵਜੇ ਆਪਾਂ ਰੈਡੀ ਸ਼ੈਡੀ ਹੋ ਕੇ ਤਿਆਰ ਹੋ ਕੇ ਬਹਿ ਗਏ रतांग बंद करता है उन्होंने जान नहीं देना सो इसलिए रतांग दा कैंसल करता है ते असी चले हां जी किथे चले आपां सिसु सिसु नाम ही आंदा सूजी शिशु सिसु चले हां जी असी कहिंदे उत्थे बर्फ हैगी आ ते बाइक भी जान दिंदे आ इसलिए आप डिसाइड किया भी सिसु चलते हैं तो सिसु तो बाद आप जावे मनीकरण साहब दैन उस तो बाद देखा जो कोई बनया टूर निकला नहीं तो फिर लुधियाना वापसी करा तो खलारा खलूरा वाहवा पिया है वैसे बाइक अभी सोचा सोचिया वैसे धवावे तो तुहान देखा पहले जो कुछ होया तो मतलब फिर तो आवांगे नहीं तो कपड़ा कपड़ा मार के कोई फायदा हैगा नहीं तो आंदा कपड़ा कपड़ा मार लेंगे फिर और की है कपड़ा मार लो सुक्का कपड़ा मार के ते फिर अपन निकलेंगे बैग बुक बन के हां जी हो गए आप
ਆਪਾਂ ਰੈਡੀ ਤੇ ਬਾਕੀ ਸਾਡੇ ਨਾਲ ਦੇ ਜੇ ਰੈਡੀ ਨਹੀਂ ਹੋਏ ਆਪਾਂ ਤਾਂ ਕਦੋਂ ਉਹਦੇ ਰੈਡੀ ਹੋ ਕੇ ਤਿਆਰ ਹੋ ਕੇ ਬੈਠੇ ਹੋਏ ਆ ਮੇਰੇ ਵੀ ਰੈਡੀ ਹੋ ਗਿਆ ਸਾਨੂੰ ਘੰਟਾ ਹੋ ਗਿਆ ਰੈਡੀ ਹੁੰਦੇ ਆ ਤੇ ਉਹ ਨਹੀਂ ਤਾਂ ਜੇ ਰੈਡੀ ਹੋਏ ਰੈਡੀ ਹੋ ਗਿਆ ਉਹਨਾਂ ਦਾ ਜਿਹਾ ਚੱਲਦਾ ਪਿਆ ਵਾ ਦੋ ਜਣੇ ਪੱਗ ਬੰਨਦੇ ਪਏ ਆ अपनी हो गई है डन सारी हाँ जी दाढ़ी बन पर तू बननी पी कि जरा पाना वा फिर दाढ़ी इतने चुपे ना अगले ते है ना चलो कोई गल नहीं हम रोटी खानी के नहीं मेरी तो भुख मर गई है इतों नहीं खानी मैं बस मैं भी यही कह रही थी देखो बाहर का व्यू सोते ही नहीं कपड़े इतने ठंड लगनी है ए क्यों चक हाँ इदा तुम सौखा हो जाता ना फिर दाढ़ी जो खुली होगी तो फिर इतने चुभूगी जो प्रदी का मूह ढकना हाँ पसीना कितने आना इन ठंड च पता लग गया तुहानू 11 बज गए ए मुंडा तैयार हो गया वा ओ दो मुंडे भी इधर नाल दे होए मैं खिच्ची फोटो है चिक्कड़ बड़ा रस्ते च मीह भी पैंदा रहा बनने किथे बनना एक उधर साइड ते बनने ते आ असीं लए आ अगर ने चिट्टी पग बनी है तो मैं चिट्टा दमाला बनिया सो इस करके उत्ते पावे ताकि रस्ते च गंदी ना हो दस्तार इन्हों की पग जिते डेस्टिनेशन पर पहुंचा उदो उतार के फोटो वगैरह क्लिक करा बाकी हूँ लगे आप निकलन इतों की मनाली तो हूँ आप जा रहे हैं सीधा सिसु किन्ने टाइम का रहा इतों की डेढ़ दो घंटा लग जाना सानू चलो बस करो हूँ रहन दो ना करो साफ होर तो बैग बनो फटाफट निकलिए टाइम हो गया बहुत धुप भी बड़ी वधिया चढ़ गई है देखो बाकी चलो हाँ जी हो गए रेडी हूँ सारिया के बैग पैक हो गया पैक मतलब बन लिया इन्होंने सारिया ने ते अपना भी हो गया वा रेडी आप बनीए रुमाल आवला मत्थे ते नाल पाइए आह सिर ते ताकि दमाला ना गंदा हो चौ गगन ने दबा लिया चंगी तरह पाए सॉरी इधर रुमाल बन लिया हाँ तो हूँ पाओ हेलमेट हेलमेट अपना एकना लाओ एकना
ਬਾਲਾ ਮੱਥੇ ਤੇ ਰੁਮਾਲ ਕਾਲਾ ਹੋਏ ਨਾ ਮੱਥਾ ਫਿਫਟੀ ਸਾਰੀ ਹੋ ਜਾਣੀ ਹੈ ਨੀ ਇੱਧਰ ਇਹ ਹੈ ਨੀ ਚੱਕਰ ਇੱਦਾਂ ਦਾ ਹੀ ਇਹਦੇ ਵਿੱਚ ਕੋਸਟਿਊਮ ਪੈਰ ਪਾ ਇਹਦੇ ਚ ਠੀਕ ਆ ਪਾਪੀ ਡਰਦੇ ਅਟਲ ਟਨਲ ਰੋਹਤਾਂਗ ਚਲੋ ਜੀ
ਕਲੋਜ਼ ਹੋ ਗਿਆ 4 ਵਜੇ ਤੱਕ ਸੀਗਾ ਵਾਪਸ ਉਹਨਾਂ ਨੇ ਹੁਣ ਸਾਨੂੰ ਮੋੜਤਾ ਵਾ ਕੋਕਸਰ ਪਹੁੰਚ ਗਏ ਸੀ ਕੋਕਸਰ ਮਤਲਬ ਕਿ ਪਹੁੰਚ ਗਏ ਸੀ ਸ਼ਹਿਰ 'ਚ ਕੋਕਸਰ ਸ਼ਹਿਰ ਨੱਚੇ ਰੁਕਦੇ ਹਾਂ ਅਤੇ ਉਹਨਾਂ ਦੀ ਵੇਟ ਕਰਦੇ ਹਾਂ ਪਤਾ ਨਹੀਂ ਉਹਨਾਂ ਨੇ ਹੁਣ ਆਉਣਾ ਕਿ ਨਹੀਂ ਆਪਾਂ ਇਕੱਲੇ ਹੁਣ ਨੀਚੇ ਜਾਵਾਂਗੇ ਸਮਝ ਨਹੀਂ ਆਉਂਦੀ ਹੁਣ ਉਹ ਤਾਂ ਪਤਾ ਨਹੀਂ ਕਿੱਧਰ ਨੂੰ ਨਿਕਲ ਗਏ ਆ ਸਾਰੇ ਜਣੇ ਅਸੀਂ ਰੁਕੇ ਹਾਂ ਜੀ ਕੋਕਸਰ ਹੁਣ ਅਤੇ ਇੱਥੇ ਰੂਮ ਮਿਲਣਾ ਤਾਂ ਬਹੁਤ ਮੁਸ਼ਕਿਲ ਸੀਗਾ ਵੈਸੇ ਬਟ ਫਾਈਨਲੀ ਕਿਤਨਾ ਕਿਤੇ ਕਰਕੇ ਆਪਾਂ ਰੂਮ ਅਰੇਂਜ ਕਰ ਲਿਆ ਇੱਥੇ ਕਿਉਂਕਿ ਗ੍ਰਾਮਫੂ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਉਹਨਾਂ ਨੇ ਅਤੇ ਇੱਥੋਂ ਵੈਸੇ 6 ਕਿਲੋਮੀਟਰ ਪੈਂਦਾ ਗ੍ਰਾਮਫੂ 'ਚ ਪੂਰੀ ਬਰਫ਼ ਆ ਕਹਿੰਦੇ ਬਰਫ਼ ਤਾਂ ਵੈਸੇ ਇੱਥੇ ਵੀ ਲਾਗੇ ਹੀ ਕੋਈ ਜ਼ਿਆਦਾ ਦੂਰ ਨਹੀਂ ਹੈਗੀਆਂ ਦੇਖੋ ਤੁਸੀਂ ਦੇਖ ਸਕਦੇ ਹੋ ਟਾਈਮ ਤਾਂ ਹਾਲੇ ਕੁਛ ਨਹੀਂ ਆਇਆ ਸੀਗਾ ਬਟ ਫਿਰ ਵੀ ਉਹ 4 ਵਜੇ ਕਹਿੰਦੇ ਬੰਦ ਕਰ ਦਿੰਦੇ ਆ ਸੋ ਇਸ ਲਈ ਅੱਗੇ ਨਹੀਂ ਜਾ ਸਕੇ ਅਤੇ ਤਾਂ ਕਰਕੇ ਅਸੀਂ ਇੱਥੇ ਇੱਥੇ ਹੋਟਲ ਲੈ ਲਿਆ ਸਾਡਾ ਹੋਟਲ ਵੈਸੇ ਆਹ ਵਾਲਾ ਵਾ ਆਹ ਰੂਮ ਆ ਨੀਚੇ ਵਾਲਾ ਇਹਦੇ ਸਾਹਮਣੇ ਇੱਕ ਹੋਰ ਰੂਮ ਆ ਗੋਲਡੀ ਖੜੀ ਗਈ ਬਾਹਰ ਬਾਕੀ ਵਿਊ ਇੱਥੋਂ ਦਾ ਮਸਤ ਆ ਪੂਰਾ ਗੱਲ ਬਾਤ ਹਾਂਜੀ ਕਿਵੇਂ ਲੱਗ ਰਿਹਾ ਕੁਰਸੀ ਦੁਸਤਾਨੇ ਕੋਲ ਆਣਾ ਠੰਡ ਬੜੀ ਆ ਇੱਥੇ ਦੁਸਤਾਨੇ ਰਸਤੇ 'ਚ ਖਰੀਦੇ ਆ ਮਨਾਲੀ ਤੋਂ ਅੱਗੇ ਵੀ ਮੈਂ ਵੀ ਫਸਟ ਟਾਈਮ ਆਇਆ ਵੈਸੇ ਮਨਾਲੀ ਤੱਕ ਚਲੋ ਪਹਿਲਾਂ ਆਇਆ ਸੀਗਾ ਮਨਾਲੀ ਤੋਂ ਅੱਗੇ ਮੈਂ ਵੀ ਫਸਟ ਟਾਈਮ ਆਇਆ ਵਾ ਅਤੇ ਬਰਫ਼ ਵਗੈਰਾ ਚਲੋ ਹੇਮਕੁੰਟ ਸਾਹਿਬ ਦੇਖੀ ਸੀਗੀ ਬਟ ਇੱਥੇ ਵੀ ਦੇਖੀ ਹੈ ਹੁਣ ਬਰਫ਼ 7 ਸਾਲ ਪਹਿਲਾਂ ਗਿਆ ਸੀਗਾ ਮੈਂ ਹੇਮਕੁੰਟ ਸਾਹਿਬ ਬਰਫ਼ ਦੇਖੀ ਸੀਗੀ ਨਾਲੇ ਘੁੰਮਦੇ ਆ ਨਾਲੇ ਤੁਹਾਨੂੰ ਸਰਦੀਆਂ ਤਾਂ ਆਪ ਥੱਲੇ ਆ ਜਾਂਦੇ ਵਿਚਾਰੇ ਛੱਡ ਕੇ ਸਾਰਾ ਕੁਛ ਇੱਥੇ ਵੀ ਬਰਫ਼ ਪੈ ਜਾਂਦੀ ਕਹਿੰਦੇ ਕਾਫੀ ਬਰਫ਼ ਪੈਂਦੀ ਆ ਇੱਥੇ ਪੈਂਦੀ ਬਰਫ਼ ਹੋਰ ਕੀ ਇਹ ਸਾਰਾ ਭਰ ਜਾਂਦਾ ਬਰਫ਼ ਨਾਲ ਬਹੁਤ ਔਸਮ ਹਵਾ ਤੁਸੀਂ ਉਹ ਦੇਖੋ ਕਿੰਨੀ ਤੇਜ਼ ਹਵਾ ਚੱਲ ਰਹੀ ਆ ਠੰਡੀ ਹਵਾ ਅਸੀਂ ਜੈਕਟ ਵੀ ਨਹੀਂ ਲੈ ਕੇ ਆਏ ਸੀਗੇ ਰੇਨਕੋਟ ਲਿਆਂਦਾ ਵਾ ਉਹਦੇ ਵੀ ਜੈਕਟਾਂ ਬਣਾਇਆ ਵਾ ਇਹ ਓਕੇ ਰਿਪੋਰਟ ਹੈ ਰੇਨਕੋਟ ਨਾਲ ਠੰਡ ਪੂਰੀ ਰੁਕੀ ਹੋਈ ਵਧੀਆ ਅਤੇ ਬਾਕੀ ਤਾਂ ਹੋਟਲ 'ਚ ਤਾਂ ਕਹਿੰਦੇ ਖਾਣ ਨੂੰ ਮਿਲਣਾ ਨਹੀਂ ਹੈ ਇਸ ਲਈ ਸਾਹਮਣੇ ਢਾਬਾ ਹੈਗਾ ਉੱਥੇ ਉਹ 9-10 ਵਜੇ ਤੱਕ ਖੁੱਲ੍ਹਾ ਹੁੰਦਾ ਵਾ ਇੱਥੇ ਖਾਣ ਪੀਣ ਤੋਂ ਪਰਹੇਜ਼ ਕਰੋ ਖਾਣ ਪੀਣ ਤੋਂ ਪਰਹੇਜ਼ ਕਰਾਂਗੇ ਚਲੋ ਨਹੀਂ ਖਰਾ ਖਾਵਾਂਗੇ ਪਰਹੇਜ਼ ਕਰਾਂਗੇ ਥੋੜ੍ਹਾ ਜਿਹਾ ਖਾਣ ਪੀਣ ਦਾ ਸਮਾਨ ਬਹੁਤ ਮਹਿੰਗਾ ਸਾਡੇ ਬਜਟ ਤੋਂ ਪਾਰ ਜਾ ਰਿਹਾ ਕੰਮ ਆਪਾਂ ਹਜੇ ਮਤਲਬ ਮੈਗੀ ਨਹੀਂ ਖਾਧੀ ਇੱਥੋਂ ਲਾਸਟ ਸਾਡਾ ਸਟੇ ਮਨੀਕਰਨ ਸਾਹਿਬ ਹੀ ਹੋਊਗਾ ਉਸ ਤੋਂ ਬਾਅਦ ਫਿਰ ਲੁਧਿਆਣੇ ਬਸ ਇਹਦਾ ਲੱਗਣ ਦਿਆ ਪਤਾ ਨਹੀਂ ਕਿੰਨੇ ਦਿਨ ਹੋ ਗਏ ਨਿਕਲਿਆਂ ਨੂੰ ਹਜੇ ਕੱਲ੍ਹ ਆਏ ਹਾਂ ਸਫ਼ਰ ਬਹੁਤ ਕਰ ਲਿਆ ਬਹੁਤ ਜ਼ਿਆਦਾ ਸਫ਼ਰ ਇੱਕ ਦਿਨ 'ਚ ਬੜਾ ਸਫ਼ਰ ਕਰ ਲਿਆ ਇੱਕ ਦਿਨ 'ਚ ਘੱਟੋ ਘੱਟ 400 ਕਿਲੋਮੀਟਰ ਸਫ਼ਰ ਕੀਤਾ ਸੀਗਾ ਉਹ ਗਲੇਸ਼ੀਅਰ ਦੇਖ ਕਰੋ ਤੁਸੀਂ ਕਿੰਨਾ ਮੌਸਮ ਆ ਦਿਨ ਮਤਲਬ ਆਪਣਾ ਅੱਜ ਦਾ ਵੇਸਟ ਹੀ ਗਿਆ ਵਾ ਕਿ ਰਾਹ ਵੀ ਬੰਦ ਹੋ ਗਿਆ ਅੱਗੇ ਜਾ ਵੀ ਨਹੀਂ ਹੋਇਆ ਹੁਣ ਦਿਨ ਚੜਿਆ ਹੋਇਆ ਵਾ ਅਤੇ ਇੱਥੇ ਹੋਟਲ 'ਚ ਰੁਕੇ ਹਾਂ ਅਤੇ ਬਸ ਹੁਣ ਹੋਟਲ 'ਚ ਬੈਠੋ ਅਤੇ ਬਸ ਪਹਾੜ ਦੇਖੋ ਸਾਹਮਣੇ ਵਾਲਾ ਪਹਾੜ ਦੇਖੋ